ਸਿੱਧੂ ਮੂਸੇਵਾਲੇ ਨੂੰ, ਕਰਨ ਔਜਲੇ ਨੂੰ, ਬਾਈ ਨੂੰ, ਦੀਪ ਜੰਡੂ ਨੂੰ, ਸਾਰਿਆਂ ਨੂੰ, ਇਹਨਾਂ ਨੂੰ ਇਕੱਠੇ ਕਰਕੇ ਇੱਕ ਟਰੈਕ ਬਣਾਉਂਦਾ ਪੰਜਾਬੀ ਇੰਡਸਟਰੀ ਵਿੱਚ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੀ ਇੰਨੀ ਜਿਵੇਂ ਪੂਰੀ ਚੜ੍ਹਾਈ ਆ ਅਤੇ ਫਿਲਹਾਲ ਦੇ ਵਿੱਚ ਇੱਕ ਜੈਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਅਨਾਊਂਸਮੈਂਟ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਦੀਪ ਜੰਡੂ, ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਦਾ ਇੱਕ ਨਿਊ ਗਾਣਾ ਕਰਵਾਉਣਾ ਚਾਹੁੰਦਾ ਹੈ। ਆਓ ਤੁਹਾਨੂੰ ਲੈ ਚੱਲਦੇ ਉਸ ਵੀਡੀਓ ਵੱਲ ਅਤੇ ਦੇਖਦੇ ਹਾਂ ਕੀ ਕੁਛ ਕਿਹਾ ਜੈਜੀ ਨੇ। ਮੇਰਾ ਤਾਂ ਬਸ ਚੱਲੇ, ਮੈਂ ਨਾ ਸਿੱਧੂ ਮੂਸੇਵਾਲੇ ਨੂੰ, ਕਰਨ ਔਜਲੇ ਨੂੰ, ਬਾਈ ਨੂੰ, ਦੀਪ ਜੰਡੂ ਨੂੰ, ਸਾਰਿਆਂ ਨੂੰ, ਇਹਨਾਂ ਨੂੰ ਇਕੱਠੇ ਕਰਕੇ ਇੱਕ ਟਰੈਕ ਬਣਾਉਂਗਾ। ਕਿਆ ਬਾਤ ਹੈ ਭਾਜੀ, ਆਹ ਜਿਹੜੀ ਮੈਨੂੰ ਤੁਸੀਂ ਗੱਲ ਕਹਿਤੀ ਹੈ ਨਾ, ਸਹੀ ਗੱਲ ਆਈ ਥਿੰਕ ਨਾ ਇਹ ਵਾਲੀ ਗੱਲ ਪਹਿਲਾਂ ਕਿਸੇ ਸਿੰਗਰ ਨੇ ਕਹੀ ਹੋਣੀ ਹੈ, ਕਿਉਂਕਿ ਭਾਜੀ ਬੜੇ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਮਜ਼ੇ ਵੀ ਲੈਂਦੇ ਨੇ ਇਸ ਦੌਰ ਦੇ ਵਿੱਚ। ਦੇਖੋ ਜੀ ਗੱਲ ਇਹਦੇ ਵਿੱਚ ਉਹਨਾਂ ਨੂੰ ਹਾਂ ਵਿੱਚ ਵਿਚਾਲੇ ਵਾਲੇ ਕਈ ਵਾਰ ਐਵੇਂ ਮਜ਼ੇ ਲੈਂਦੇ ਨੇ ਨਾ, ਮਤਲਬ ਤੁਸੀਂ ਆਪ ਸੋਚੋ ਕਿੱਡੀ ਵੱਡੀ ਗੱਲ। ਦੋਸਤੋ ਜੈਜੀ ਵੀ ਕਰਨ ਔਜਲਾ ਅਤੇ ਸਿੱਧੂ ਮੂਸੇ ਅਤੇ ਦੀਪ ਜੰਡੂ ਦਾ ਆਪਸ ਵਿੱਚ ਇੱਕ ਗਾਣਾ ਕਰਵਾਉਣਾ ਚਾਹੁੰਦਾ ਹੈ, ਪਰ ਫਿਲਹਾਲ ਦੀ ਘੜੀ ਵਿੱਚ ਇਹ ਹੋਣਾ ਨਾਮੁਮਕਿਨ ਲੱਗ ਰਿਹਾ ਹੈ, ਕਿਉਂਕਿ ਕਰਨ ਔਜਲਾ ਅਤੇ ਸਿੱਧੂ ਮੂਸੇ ਦਾ ਆਪਸ ਵਿੱਚ ਕਾਫੀ ਮਤਭੇਦ ਚੱਲ ਰਹੇ ਹਨ। ਜੇ ਆਉਣ ਵਾਲੇ ਟਾਈਮ ਚੇਂਜ ਹੁੰਦਾ ਹੈ ਤਾਂ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ ਅਤੇ ਕੁਝ ਨਵਾਂ ਨਿਕਲ ਕੇ ਆਵੇਗਾ। ਪਲੀਜ਼ ਵੀਡੀਓ ਨੂੰ ਦੇਖਣ ਲਈ ਧੰਨਵਾਦ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ।